ਸ਼੍ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਆਗਮਨ 646ਵੇਂ ਪ੍ਰਕਾਸ਼ ਦਿਹਾੜੇ ਤੇ ਖੁਸ਼ੀਆਂ ਦਾ ਆਨੰਦ ਪ੍ਰਾਪਤ ਕਰਦੇ ਹੋਏ ਸਮੂਹ ਨਗਰ ਦੀਵੇ ਦੀਆਂ ਸੰਗਤਾਂ ਵੱਡੇ ਭਾਗ ਧੰਤਾ ਦੇ ਯੋਗ ਹੋ ਵਡਿਆਈ ਦੇ ਹੱਕਦਾਰ ਵਧਾਈ ਦੇ ਪਾਤਰ ਹੋ ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਆਗਮਨ ਨੂੰ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਪਿਆਰੋ ਇਸ ਵੇਲੇ ਨਗਰ ਕੀਰਤਨ ਦੇ ਚੌਥੇ ਪੜਾਅ ਤੇ ਆਪਾਂ ਹਾਜ਼ਰੀ ਭਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਹੈ ये पड़ा वाली संगत जिला वालों नगर कीर्तन के बैठने का प्रबंध किया गया सत्कार दिता जा रहा नगर के तो जिया रखा जा रहा और मेरे बहुत ही सत्कार योग सियाले वीर ये पड़ा वाली संगत वालों ढाडी तरह 100 लाख का बड़ा मान दिता जा रहा सत्कार भेजा जा रहा बहुत बहुत धन्यवाद है सतगुरु जी कृपा कर चढ़ जी कला बख्श कल हर बदा के पते आओ प्यारो गुरु रविदास महाराज के प्रकाश आगमन दुशियों का आनंद प्राप्त करिए धन गुरु ग्रंथ साहब महाराज के पावन पवित्र चरणों के नाल जुड़ते हुए अपनी रसना पवित्र करिए अपने मुख को पवित्र करिए गज के आखिए जी वाहेगुरु जी का खालसा वाहेगुरु जी की फतेह कभी लगता दूरे पुतले प्यार लै चश्मे गुरु हाजिर ग्रंथ ते हाजिर हजूर दिसे हर एक अखर एक लैन एक शब्द में एक ओंकार का जानवा जरूर दिसे दसा गुरुआ की नूरी जोत में जो सबर तक चमकदा नूर दिसे जिहड़ा ऐसे दी धूर नूं लाए मते भरिया बरकता नाल पर भोर दिसे बाणी गुरु गुरु है बाणी बिच बाणी अमृत सारे गुरबाणी कहे सेवक जन माने पर तख गुरु निस्तारे कवि लिखदा है ओ कदा पढ़ के रूह नूं नवा सूर आवे आए धुर दरगाहो काब तेरी गीत गूंगे ते बोले नूं कर देवे वाली मिठी है बे हसाव तेरी टहक रही है मालिया बाग बन के लाई होई जो सिखी दी ताब तेरी साकी भुले अंगूरी पिलवाले पी के प्रेम दी घुट शराब तेरी पूरी कर दी आस तो आसा विच वजे रबाब तेरी ओ पावन पते बाणी ना जुड़ रहा गुरु प्यारे जिहड़ी बाणी धन गुरु ग्रंथ साहिब महाराज साडे मना दे आसावां नूं पूरिया करदे साडे मन दीआं मुरादां पूरिया हुंदीआं ने इच्छा पूर्क सारू सुख दाता हर जाके बस है काम तेना सोए तर ध्याईए मेरे जियाड़े तो सारू सुख पावे मेरे मना ओ बाणी जिहड़ी सारी बाणू सानू 84 लाख दे पासागर विचों पार करदी आ जिहड़ी बाणी साडे गुरु ज्ञान मार्ग सानू ज्ञान दा रस्ता दिखाउंदी है और बाणी पढ़ते नाल सुनते नाल साडे मन दे मनोरथ पूरे हुंदे ओ बाणी नाल जुड़ रहे गुरु प्यारिओ आओ पिछे पड़ा दे गल चल रही सी गुरु रविदास महाराज जी संसार अवतार धार के आए गुरु प्यारे
ਕਾਸੇ ਸਾਹਿਬ ਦੇ ਰੌਣਕਾਂ ਲੱਗ ਪਈਆਂ ਨੇ। ਤਾਈ ਭਾਨੀ ਨੇ ਦਰਸਦਾਰੇ ਕੀਤੇ ਨੇ ਇਹ ਅਨੋਖੇ ਬਾਲ ਦੇ, ਉਹਨਾਂ ਸਿਰ ਸਤਕਾਰ ਦੇ ਸੁੰਦਰ ਬਾਲ ਦੇ ਚੜ੍ਹਦਾ ਤੇ ਚੁੱਕਿਆ, ਉਹ ਸਮਝ ਗਈ ਹੈ ਤੇ ਆਉਣ ਵਾਲੇ ਸਮੇਂ ਕੁੱਲ ਦੁਨੀਆਂ ਨੂੰ ਖੁਸ਼ੀਆਂ ਤੇ ਖੇੜਿਆਂ ਦਾ ਭਰਪੂਰ ਕਰ ਦੇਵੇਗਾ। ਇਹ ਕੁੱਲ ਦੀਆਂ ਨੂੰ ਹਾਸੇ ਵੰਡੇਗਾ, ਇਹ ਹਰ ਗੁਰੂ ਬਰਾਬਰ ਦਾ ਹੱਕ ਦਵਾਵੇਗਾ, ਹਰ ਇੱਕ ਨੂੰ ਮਿਹਨਤ ਕਰਦਾ ਦੇ ਦੇਵੇਗਾ। ਕਵੀ ਲਿਖਦਾ ਕਾਸੀ ਸਾਹਿਬ ਦੀ ਇਹ ਧਰਤੀ ਵੰਡ ਬੋਤੀ, ਵੀ ਅੱਜ ਬੋਤੀਆਂ ਵਾਲੀ ਸਰਕਾਰ ਆਈ, ਫੁੱਲ ਫੁੱਲ ਤੂੰ ਫੁੱਲਾਂ ਦੇ ਬਾਗ ਅੜੀਏ, ਤੇਰੇ ਚਿਹਰੇ ਤੇ ਨਵੀਂ ਨੁਹਾਰ ਆਈ, ਨੂਰ ਚਮਕਿਆ ਤੇਰੇ ਜਰਿਆਂ ਚੋਂ, ਨਵੇਂ ਨੂਰ ਦੀ ਨਵੀਂ ਮੁਹਾਰ ਆਈ। ਕਿਸੇ ਬੋਲ ਕੇ ਕਿਹਾ ਜਵਾਨ ਵਿੱਚੋਂ ਵੀ ਇਹਨੇ ਆਪਣੇ ਬੋਲ ਪਰਖੜੇ ਨੇ, ਇਹਨੇ ਸੱਚ ਤੇ ਝੂਠ ਨੂੰ ਵੱਖ ਕਰਦਾ ਦੀਵੇ ਕਿਰਤੀਆਂ ਦੇ ਘਰ ਵਿੱਚ ਬਾਲੜੇ ਨੇ। ਬਾਕੀ ਗਰੀਬਾਂ ਦਾ ਮਿਹਨਤ ਕਰਨ ਵਾਲਿਆਂ ਦਾ ਮਸੀਹਾ ਬਣ ਕੇ ਗੁਰੂ ਰਵਿਦਾਸ ਮਹਾਰਾਜ ਕਾਸੀ ਸਾਹਿਬ ਦਾ ਅਵਤਾਰ ਧਾਰ ਕਿਆ ਨੇ ਗੁਰੂ ਪਿਆਰਿਓ। ਜਦੋਂ ਗੁਰੂ ਮਹਾਰਾਜ ਦੇ ਅਵਤਾਰ ਧਾਰਿਆ, ਪਿਤਾ ਨੂੰ ਬੜਾ ਚਾਅ, ਘਰ ਦੇ ਵਿੱਚ ਪੈਰ ਖੁਸ਼ੀਆਂ ਦੇ ਨਾਲ ਸਾਰਾ ਪਰਿਵਾਰ ਝੁੰਮ ਉੱਠਿਆ, ਪੂਰਾ ਕਾਸੀ ਸਾਹਿਬ ਦੇ ਰੌਣਕਾਂ ਲੱਗ ਪਈਆਂ ਨੇ। ਔਰ ਗੁਰੂ ਪਿਆਰਿਓ ਪਿਤਾ ਦੀ ਸੋਚ ਹੈ ਘਰ ਵਿੱਚ ਪਹਿਲਾਂ ਇਕੱਲਾ ਮੈਂ ਕੰਮ ਕਰਦਾ, ਘਰ ਦੇ ਦੋ ਮੈਂਬਰ ਕੰਮ ਕਰਦੇ, ਜਦੋਂ ਪੁੱਤਰ ਜਵਾਨ ਹੋ ਜਾਵੇਗਾ, ਜਿਹੜਾ ਜਦੀ ਕੰਮ ਆ ਕਿਰਤ ਕਰਦਾ ਜੋੜੇ ਕੱਢਦਾ ਉਹਦੇ ਵਿੱਚ ਹੱਥ ਵਟਾਵੇਗਾ। ਦੋ ਬੰਦੇ ਮਿਹਨਤ ਕੀਤੀ, ਇੱਕ ਇੱਕ 11 ਹੋ ਜਾਇਆ ਕਰਦੇ ਨੇ, ਇਕੱਲਾ ਇਕੱਲਾ ਹੀ ਰਹਿ ਜਾਂਦਾ, ਅਤੇ ਦੋਨਾਂ ਦੀ ਮਿਹਨਤ ਘਰ ਦੇ ਵਿੱਚ ਖੁਸ਼ਹਾਲੀ ਲਵੇਗੀ, ਘਰ ਦੇ ਤੌਰ ਤਰੀਕੇ ਬਦਲ ਜਾਣਗੇ, ਗਰੀਬੀ ਖਤਮ ਹੋ ਜਾਵੇਗੀ। ਪਰ ਗੁਰੂ ਪਿਆਰੇ ਗੁਰੂ ਰਵਿਦਾਸ ਮਹਾਰਾਜ ਭਗਵਾਨ ਦੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਉਹਨਾਂ ਸੰਸਾਰ ਦੇ ਬੰਦਿਆਂ ਦਾ ਸੰਸਾਰ ਦੇ ਧੰਦਿਆਂ ਨਾਲ ਕੋਈ ਮਤਲਬ ਨਹੀਂ ਹੈ। ਸਤਿਗੁਰ ਦਾ ਪ੍ਰਮਾਦ ਹੈ ਭਗਤਾਂ ਅਤੇ ਸੰਸਾਰੀਆ ਜੋੜ ਕਦੇ ਨਾ ਹੋਇਆ। ਨਾਮ ਜਪਣ ਵਾਲੇ ਗੁਰੂ ਦੇ ਪਿਆਰੇ, ਅਭਿਲਾਸੀ ਲੋਕ ਕੇਵਲ ਨਾਮ ਨਾਲ ਜੁੜੇ ਰਹਿੰਦੇ ਨੇ। ਔਰ ਗੁਰੂ ਪਿਆਰਿਓ ਗੁਰੂ ਰਵਿਦਾਸ ਮਹਾਰਾਜ ਘਰ ਦੇ ਕੰਮ ਨੂੰ ਹੱਥ ਲਾਉਂਦੇ, ਭਗਵਾਨ ਦੀ ਬੰਦਗੀ ਕਰਦੇ ਰਹਿੰਦੇ ਨੇ। ਪਿਤਾ ਨੇ ਸੋਚਿਆ ਪੁੱਤਰ ਜਵਾਨ ਹੋ ਗਿਆ। ਅਸੀਂ ਪਹੁੰਚੇ ਹਾਂ ਪਿੰਡ ਦੀਵਾ ਮੰਡੇਰ ਦੀਵਾ ਖੋਸਾ ਵਿਖੇ, ਜਿੱਥੇ ਹਰ ਸਾਲ ਇਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਅਤੇ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਅਤੇ ਭਰਮਾਂ ਸਵਾਗਤ ਕੀਤਾ ਗਿਆ ਅਤੇ ਸਾਡੇ ਨਾਲ ਕੁਛ ਖੜ੍ਹੇ ਨੇ ਪ੍ਰਬੰਧਕ ਮੈਂਬਰ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਕਮੇਟੀ ਮੈਂਬਰ, ਅਤੇ ਅਸੀਂ ਪਹਿਲਾਂ ਮਾਸਟਰ ਅਮਰੀਕ ਸਿੰਘ ਜੀ ਨੇ ਗੱਲ ਕਰਾਂਗੇ। ਮਾੜੀ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜਨਮ ਦਿਨ ਲਿਖੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਦੇ ਇਸ 646ਵੇਂ ਜਨਮ ਦਿਹਾੜੀ 'ਤੇ ਸਮੂਹ ਸੰਗਤਾਂ ਨੂੰ ਵਧਾਈਆਂ ਦੇਣਾ ਚਾਹੁੰਦਾ ਕਿ ਸਾਰੀਆਂ ਸੰਗਤਾਂ ਨੇ ਅੱਜ ਸਾਡੇ ਪਿੰਡ ਦੀਵਾ ਖੁਸਾ ਅਤੇ ਦੀਵਾ ਮੰਡੇਰ ਦੇ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਨਗਰ ਕੀਰਤਨ ਸਜਾਏ ਗਏ ਸੀ, ਜਿਨ੍ਹਾਂ ਦੀ ਸਮਾਪਤੀ ਅਸੀਂ ਅੱਜ ਗੁਰਦੁਆਰਾ ਬੇਗਮਪੁਰਾ ਸਾਹਿਬ ਕੋਲ ਕੀਤੀ ਹੈ ਅਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਪਰਿਕਰਮਾ ਕੀਤੀਆਂ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੇ ਨੇ। ਕਵੀਸ਼ਰ ਜਥੇ ਵੱਲੋਂ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ ਅਤੇ ਜਿਹੜੇ ਸਾਡੇ ਕਮੇਟੀ ਮੈਂਬਰ ਨੇ ਸਾਰੇ ਗੁਰਦੁਆਰਾ ਬੇਗਮਪੁਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿੰਨੇ ਵੀ ਸਾਰੇ ਨੇ ਬਹੁਤ ਹੀ ਸਹਿਯੋਗ ਨਾਲ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ, ਸੰਗਤਾਂ ਨੇ ਵੀ ਬੜੇ ਉਤਸ਼ਾਹ ਦੇ ਨਾਲ ਅੱਜ ਇਹ ਨਗਰ ਕੀਰਤਨ ਨੂੰ ਸਜਾਇਆ ਅਤੇ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਅੱਜ ਮਨਾਇਆ ਗਿਆ ਉਹ ਬੜੀ ਧੂਮ ਅਤੇ ਸਾਧਾ ਭਾਵਨਾ ਨਾਲ ਮਨਾਇਆ ਗਿਆ। ਇਹਨਾਂ ਤੋਂ ਉਪਰੰਤ ਨਗਰ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਪੜਾਅ ਲਗਾਏ ਗਏ ਨੇ, ਕਿਤੇ ਲੰਗਰਾਂ ਦੀ ਸੇਵਾ ਕੀਤੀ ਗਈ ਆ ਅਤੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਮੂਹ ਨਗਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਜਨਮ ਦਿਹਾੜੇ 'ਤੇ ਇਸ ਪ੍ਰੋਗਰਾਮ ਨੂੰ 4 ਚੰਦ ਲਗਾ ਕੇ ਸਾਰੀਆਂ ਸੰਗਤਾਂ ਨੂੰ ਨਾਲ ਜੋੜਿਆ, ਸਾਰੀਆਂ ਸੰਗਤਾਂ ਦਾ ਪਿਆਰ ਅਤੇ ਸਤਿਕਾਰ ਮਿਲਿਆ ਅਤੇ ਅਸੀਂ ਇੰਨਾ ਕੁਝ ਕਹਿੰਦੇ ਹੋਏ ਖੇਮਾ ਦੇ ਜਾਜਕਾਂ ਜੀ ਦੁਆਰਾ ਤੋਂ ਫਿਰ ਸਾਰੇ ਸਮੂਹ ਨਗਰ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਪ੍ਰਧਾਨ ਅਵਤਾਰ ਸੂਬੇਦਾਰ ਸਿੰਘ ਜੀ, ਅਤੇ ਉਹਨਾਂ ਨਾਲ ਜੀ ਉਹਨਾਂ ਤੋਂ ਵੀ 2 ਮਿੰਟ ਅਸੀਂ ਪੁੱਛਦੇ ਹਾਂ ਅਤੇ ਸੂਬੇਦਾਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਅਤੇ ਆਉਣ ਵਾਲੇ ਪ੍ਰੋਗਰਾਮ ਕਿਹੜੇ ਕਿਹੜੇ ਨੇ ਉਹ ਕਿਸ ਤਰ੍ਹਾਂ ਦੇ? ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ 646ਵਾਂ ਜਨਮ ਦਿਨ ਹੈ ਸਾਡਾ ਨਗਰ, ਜਿਹੜੇ ਦੋ ਨਗਰ ਨੇ ਦੀਵਾ ਖੋਸਾ ਦੀਵਾ ਮੰਡੇਰ, ਕਾਫੀ ਟਾਈਮ ਤੋਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਆ ਰਹੇ ਨੇ। ਸੋ ਅੱਜ ਵੀ ਅਸੀਂ ਜੋ ਨਗਰ ਕੀਰਤਨ ਸਜਾਏ ਉਹ ਵੀ ਬਹੁਤ ਲੋਕਾਂ ਨੇ ਉਤਸ਼ਾਹ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਿਕਰਮਾ ਕਰਦੇ ਹੋਏ ਬੜੀ ਧੂਮਧਾਮ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਸੋ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿਉਂਕਿ ਸਾਡਾ ਜੋ ਨਗਰ ਹੈ ਉਹ ਪੂਰੇ ਇਕੱਠ ਅਤੇ ਇਕਾਗਰਤਾ ਚਿੱਤ ਹੋ ਕੇ ਇਕੱਤਰ ਪੂਰਾ ਨਗਰ ਇਕੱਤਰ ਹੋ ਕੇ ਪਰਿਕਰਮਾ ਕੀਤੀ
सो जिहड़े साडे अगले प्रोग्राम ने ते 6 तरीक नूं असीं दिन सोमवार नूं श्री अखंड आरंभ करवावांगे जी। 7 तरीक नूं साडे संत स्वामी शंकरानंद भूर वाले महाराज जी दे दीवान ने ਤੇ ਆਪਣੇ ਪ੍ਰਵਚਨਾਂ ਦੇ ਨਾਲ ਸੰਗਤ ਨੂੰ ਨਿਹਾਲ ਕਰਨਗੇ। 8 ਤਰੀਕ ਨੂੰ ਸਮਾਪਤੀ ਹੋਵੇਗੀ ਤੇ 8 ਤਰੀਕ ਨੂੰ ਵੀ ਸੰਤ ਸੁਆਮੀ ਸ਼ੰਕਰਾਨੰਦ ਭੂਰੀ ਵਾਲੇ ਮਹਾਰਾਜ ਜੀ ਆਪਣੇ ਪ੍ਰਵਚਨਾਂ ਦੇ ਨਾਲ ਸਾਰੀ ਸੰਗਤ ਨੂੰ ਨਿਹਾਲ ਕਰਨਗੇ। ਸੋ ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਸਰਦਾ ਭਾਵਨਾ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਨਮ ਦਿਨ ਮਨਾ ਰਿਹਾ। सो आने वाले समय के भी असी सतगुरु रविदास महाराज जो जन्म दिहाड़ा है बड़ी धूमधाम से श्रद्धा भावना नाल मनाते रहेंगे। सो मैं मेरा पिंड मेरी शान चैनल के बहुत धन्यवादी करदा जिन्होंने साडे प्रोग्राम लाइव दिखाया। सो जिहड़ी दुनिया दे विच पूरी दुनिया दे विच साडे पिंड दीवा खोसा दे आउंदे नूं देख रहे असी उन्हां दा धन्यवादी करदे हां, चैनल दा धन्यवाद करदे हां, पूरे नगर का भी बहुत बहुत धन्यवाद करते। ये सन सूबेदार अवतार सिंह गुरद्वारा बेगमपुरा साहब के प्रधान अवतार सूबेदार सिंह जी, तो साड़ी भी चैनल जारी एक हाथ जोड़ अपील है कि जोड़े इस वीडियो नूं देख रहे हैं इस वीडियो नूं वध तों वध शेयर करो, साडे चैनल नूं सबसक्राइब करो और मिलते हैं जल्द ही किसी होर वीडियो नाल।